ਚਾਹੀਦਾ, ਅੱਤਵਾਦੀ ਵੀ ਕਿਹਾ ਜਾਵੇ, ਹੈ ਨਾ, ਇਹ ਚੀਜ਼ ਵੀ ਹੋ ਜਾਂਦੀ ਹੈ ਕਿ ਜੋ ਆਤੰਕਵਾਦ ਔਰ ਉਗਰਵਾਦ ਹਿਮਾਚਲ ਸ਼ਿਮਲਾ ਜਿਹੜੇ ਦੋ ਚਾਰ ਹੈਗੇ ਆ ਇੱਥੇ ਜਾਣਾ ਕਰੋ ਬੰਦ, ਕਿਤੇ ਹੋਰ ਚਲੇ ਜਾਓ ਜਾਂ ਤੁਸੀਂ ਕਿਸੇ ਦੂਜੀ ਕੰਟਰੀ ਚਲੇ ਜਾਓ, ਤੁਸੀਂ ਇੱਧਰ ਨੂੰ ਛਿੱਤਰ ਖਾਣ ਜ਼ਰੂਰੀ ਜਾਣਾ, ਸਹੀ ਖੜਾ ਗਾ, ਤੁਸੀਂ ਵੀ ਮੂੰਹ ਚੱਕ ਕੇ ਉੱਧਰ ਨੂੰ, ਤੁਹਾਨੂੰ ਹਿਮਾਚਲ ਹੀ ਦਿੰਦਾ, ਤੁਹਾਨੂੰ ਹਿਮਾਚਲ ਸ਼ਿਮਲਾ। ਵੈਲਕਮ ਬੈਕ ਆ ਜੀ ਤੁਹਾਡਾ ਡੂਬਰੋ ਚੈਨਲ 'ਤੇ, ਅਤੇ ਪੋਡਕਾਸਟ ਇੱਕ ਨਵਾਂ ਪੋਡਕਾਸਟ ਕਰਦੇ ਹਾਂ ਸਟਾਰਟ, ਫਿਰ ਕਰਦੇ ਹਾਂ ਸਟਾਰਟ, ਫਿਰ ਚਲੋ ਲਓ ਫਿਰ ਕਹਾਣੀਆਂ ਸਟਾਰਟ, ਹੁਣ ਦੱਸ ਦਿਓ ਸਾਰਿਆਂ ਨੂੰ, ਜ਼ਿਆਦਾ ਟਾਈਮ ਨਹੀਂ ਪਾਉਣਾ ਆਪਾਂ, ਵੀ ਇਹ ਮੁੱਦਾ ਕਿਹੜਾ, ਮੁੱਦਾ ਬਹੁਤ ਤੱਤਾ ਵਾ, ਹੈ ਕਿ ਨਹੀਂ, ਮੁੱਦਾ ਤੱਤਾ ਯਾਰ, ਗੁੱਸਾ ਹੀ ਆਉਂਦਾ ਵਾ। ਹਾਂ ਬਿਲਕੁਲ ਗੁੱਸਾ ਆਉਂਦਾ ਵਾ, ਅਤੇ ਮੁੱਦਾ ਹੈਗਾ ਹਿਮਾਚਲ ਵਾਲਾ, ਹਿਮਾਚਲ ਵਾਲੀ, ਹਿਮਾਚਲ ਵਾਲਿਆਂ ਨੇ ਜਦੋਂ ਕਿ ਉਹਨੇ ਫੋਨ ਕਰੇ ਘੱਟੋ ਘੱਟ 100 ਬੰਦਾ ਇੱਕ ਮਿੰਟ 'ਚ ਸੱਦ ਕੇ ਸਾਡੇ ਉੱਤੇ ਅਟੈਕ ਕਰ ਦਿੱਤਾ। ਤੇ ਗੱਲ ਹੈਗੀ ਏਦਾਂ, ਇਹ ਦੋ ਤਿੰਨ ਦਿਨ ਪਹਿਲਾਂ ਐਨ ਆਰ ਆਈ ਕਪਲ, ਐਨ ਆਰ ਆਈ ਫੈਮਿਲੀ ਗਈ ਸੀਗੀ ਬਾਈ ਬਾਹਰ ਘੁੰਮਣ, ਹਿਮਾਚਲ ਵਾਲਾ ਹਿਮਾਚਲ ਘੁੰਮਣ ਗਈ ਸੀ, ਅਤੇ ਉੱਥੇ ਉਹਨਾਂ ਨਾਲ ਇਹ ਕਾਂਡ ਹੋਇਆ, ਸਮਝ ਗਿਆ, ਇਹ ਨਾਲੇ ਕੋਈ ਵੱਡੀ ਗੱਲ ਨਹੀਂ, ਪਾਰਕਿੰਗ ਪਿੱਛੇ ਗੱਲ ਹੋਈ ਹੈ। ਹੁਣ ਮੈਂ ਤੈਨੂੰ ਗੱਲ ਕਹਿ ਰਿਹਾ ਵੀ ਆਹ ਚੱਕ ਕਿਰਪਾਨ, ਇਹਨੂੰ ਕਰ ਸਟਾਰਟ, ਇਹ ਵੜਦੀ ਹੈ, ਇਹ ਵੜਦਾ ਤੁਰਿਆ ਯਾਰ, ਤੋਂ ਮੋਛੇ ਪਾ ਦੇ। ਅਤੇ ਗੱਲ ਉਹੀ ਹੈ ਫਿਰ, ਜਦੋਂ ਪੰਜਾਬੀ ਬੋਲਣਗੇ ਤਾਂ ਮਾੜੇ ਵੱਜਦੇ ਆ, ਜਦੋਂ ਬੋਲਾਂਗੇ ਤਾਂ ਫਿਰ ਸ਼ਾਇਦ ਅੱਤਵਾਦੀ ਵੀ ਕਿਹਾ ਜਾਵੇ, ਹੈ ਨਾ, ਇਹ ਚੀਜ਼ ਵੀ ਹੋ ਜਾਂਦੀ ਹੈ ਕਿ ਜੋ ਆਤੰਕਵਾਦ ਔਰ ਉਗਰਵਾਦ ਪੰਜਾਬ ਮੇਂ ਬੜ ਰਹਾ ਹੈ, ਹਾਊ ਡੂ ਵੀ ਹੈਂਡਲ ਦੈਟ, ਥੈਂਕ ਯੂ। ਗੱਲ ਹੈਗੀ ਆਪਾਂ ਹੁਣ ਕਰਦੀ ਹੈ ਸਟਾਰਟ, ਹੈ ਨਾ, ਸਾਰਿਆਂ ਨੂੰ ਪਤਾ ਮੁੱਦਾ, ਔਰ ਜਦੋਂ ਸੀਜ਼ਨ ਆਉਂਦਾ ਗਰਮੀਆਂ ਆਉਂਦੀਆਂ ਨੇ ਤਾਂ ਬਹੁਤ ਸਾਰੇ ਪੰਜਾਬੀ ਕਪਲ ਫੈਮਲੀਆਂ ਮੁੰਡੇ ਕੁੜੀਆਂ ਸਾਰੇ ਜਾਂਦੇ ਆ ਘੁੰਮਣ, ਹਿਮਾਚਲ ਚਲੇ ਜਾਂਦੇ ਆ, ਸ਼ਿਮਲਾ ਚਲੇ ਜਾਂਦੇ ਆ, ਕੋਈ ਜੰਮੂ ਕਸ਼ਮੀਰ ਚਲਾ ਜਾਂਦਾ, ਹੈ ਨਾ, ਕੋਈ ਲੇਹ ਲਦਾਖ ਚਲਾ ਜਾਂਦਾ, ਹੈ ਨਾ, ਲੇਕਿਨ ਮੋਸਟ ਆਫ ਪੀਪਲ ਆਪਣੇ ਨੇੜੇ ਪੈਂਦਾ, ਇਹ ਨੇੜੇ ਪੈਂਦਾ, ਬਜਟ 'ਚ ਆ ਜਾਂਦਾ, ਲੋਕ ਘੁੰਮਣ ਜਾਂਦੇ ਹਿਮਾਚਲ ਦੇ ਵਿੱਚ। ਔਰ ਲਾਸਟ 2 ਸਾਲਾਂ ਦੇ ਵਿੱਚ, ਲਾਸਟ 2 ਸਾਲਾਂ ਤੋਂ ਹੀ ਮਿਲਦਾ, ਇੰਨੀਆਂ ਨਿਊਜ਼ ਆ ਗਈਆਂ, ਮੁੰਡੇ ਕੁੱਟਤੇ, ਕਪਲ ਕੁੱਟਤਾ, ਗੱਡੀ ਵਾਲੇ ਕੁੱਟਤੇ, ਹਿਮਾਚਲ ਵਾਲਿਆਂ ਨੇ ਪਤਾ ਨਹੀਂ ਕਿਹੜਾ ਬੈਰ ਪਾ ਲਿਆ ਪੰਜਾਬੀਆਂ ਨਾਲ ਬਿਨਾਂ ਗੱਲੋਂ, ਵੀ ਅਗਲਾ ਘੁੰਮਣ ਜਾਂਦਾ ਘੁੰਮਣ ਦਿਓ, ਤੁਹਾਡੀ ਫਾਇਦਾ ਹੀ ਹੋ ਰਿਹਾ, ਕੋਈ ਟੂਰਿਸਟ ਆ ਰਿਹਾ ਤੁਹਾਡੀ ਪਲੇਸ ਦੇ ਵਿੱਚ, ਬਟ ਗਲਤ ਹੋ ਰਿਹਾ ਪਹਿਲਾਂ। ਹਾਂ ਹਾਂ ਪਹਿਲਾਂ ਹੁਣ ਮਤਲਬ ਡਰਾਈਵਰਾਂ ਨਾਲ ਵੀ ਬਹੁਤ ਧੱਕਾ ਹੁੰਦਾ ਵਾ ਉੱਥੇ ਜਦੋਂ ਜਾਂਦੇ ਆ, ਪਤਾ ਨਹੀਂ ਕੁਛ, ਆਪਾਂ ਸਾਰੇ ਹਿਮਾਚਲ ਨੂੰ ਮਾੜਾ ਨਹੀਂ ਕਹਿੰਦੇ, ਲੇਕਿਨ ਇਹ ਕੁਛ ਮਤਲਬ ਸਾਜਿਸ਼ ਵੀ ਹੋ ਸਕਦੀ ਆ, ਇਹ ਕੁਛ ਪਲਾਨਿੰਗ ਵੀ ਹੋ ਸਕਦੀ ਆ, ਕੁਛ ਕੁ ਗਰੁੱਪ ਅਗਰ ਉੱਥੇ ਕੁਛ ਗਲਤ ਕਰ ਰਿਹਾ, ਹੈ ਨਾ, ਅਤੇ ਉਹਨੂੰ ਲੈ ਕੇ ਆਪਾਂ ਸਾਰੇ ਹਿਮਾਚਲ ਨੂੰ ਮਾੜਾ ਵੀ ਨਹੀਂ ਕਹਿ ਸਕਦੇ। ਲੇਕਿਨ ਜਿਹੜੀਆਂ ਖਬਰਾਂ ਆ ਰਹੀਆਂ ਨੇ ਜ਼ਿਆਦਾ, ਉਹ ਬਹੁਤ ਗਲਤ ਨੇ, ਔਰ ਕੰਟੀਨਿਊ ਇਹ ਇੰਸੀਡੈਂਟ ਵੱਧਦਾ ਜਾ ਰਿਹਾ ਕੁੱਟ ਕਟਾਪੇ ਵਾਲਾ, ਔਰ ਕੁੱਟਣਾ 100 ਬੰਦਾ ਇਕੱਠਾ ਹੋ ਕੇ, 50 ਬੰਦੇ ਇਕੱਠੇ ਹੋ ਕੇ 2-4 ਫੈਮਲੀਆਂ ਨੂੰ ਬੰਦਿਆਂ ਨੂੰ ਕੁੱਟਣਾ ਬਹੁਤ ਈਜ਼ੀ ਹੋ ਜਾਂਦਾ ਵਾ। ਕਿਤੇ ਮੁੰਡੇ ਹੀਰ ਗਈ ਹੁੰਦੀ ਆ, 5-7 ਮੁੰਡੇ ਹੁੰਦੇ, ਉਹਨਾਂ ਨੂੰ ਕੁੱਟਿਆ, ਬੰਦਾ ਕਿਤੇ ਨਾ ਕਿਤੇ ਮੰਨ ਲੈਂਦਾ ਸ਼ਾਇਦ ਇਹਨਾਂ ਦਾ ਕਸੂਰ ਹੋਇਆ ਹੋਊਗਾ। ਹਾਂ ਬਟ ਜਿਹੜਾ ਕੱਲ ਪਰਸੋਂ ਕੇਸ ਆਇਆ ਵਾ ਇਹ ਫੈਮਲੀ ਵਾਲਾ, NRI ਸਪੈਸ਼ਲੀ NRI ਜਦੋਂ ਬਾਹਰੋਂ ਜਾਂਦਾ ਨਾ ਕੋਈ, ਉਹਦੇ ਗੁੱਸੇ ਮਰੇ ਹੀ ਹੁੰਦੇ ਆ। ਕਿਉਂ ਬਾਈ, NRI ਬੰਦਾ ਆਲਮੋਸਟ ਡੈਡ ਹੀ ਹੁੰਦਾ ਵਾ, ਕਿਉਂਕਿ ਉਹ ਬਹੁਤ ਸੋਹਣੀਆਂ ਕੰਟਰੀਆਂ ਦੇ ਵਿੱਚੋਂ ਵਾਪਸ ਜਾਂਦਾ ਵਾ, ਸਾਫ਼ ਸੁਥਰੀਆਂ ਕੰਟਰੀਆਂ 'ਚੋਂ। ਹੁਣ ਅਗਰ ਅਸੀਂ ਆਪਣਾ ਲਾ ਲਈਏ ਅਤੇ ਅਸੀਂ ਮਤਲਬ ਸਾਨੂੰ ਪਤਾ ਹੀ ਨਹੀਂ ਹੈਗਾ ਰੋਡ ਰੇਜ ਕੀ ਹੁੰਦੀ ਆ, ਰੋਡਾਂ 'ਤੇ ਅਗਰ ਕੋਈ ਗੱਡੀ ਲੱਗਦੀ ਹੈ ਇੱਕ ਦੂਜੇ ਦੇ ਪਿੱਛੇ
ਤਾਂ ਬਾਹਰ ਨਿਕਲ ਕੇ ਲੜਨਾ ਜਾਂ ਕੀ ਕਰਨਾ, ਇਹ ਦਿਮਾਗ 'ਚ ਹੈ ਨਹੀਂ ਇਹ ਗੱਲਾਂ ਇਹ ਸਾਰੀਆਂ। ਦੋ ਚਾਰ ਸਾਲ ਦੀ ਗੱਲ ਨਹੀਂ ਕਰ ਰਿਹਾ, ਪਿਛਲੇ 10-15 ਸਾਲਾਂ ਤੋਂ ਅਸੀਂ ਸਾਫ਼ ਸੁਥਰੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਹੁਣ ਸਡਨਲੀ ਤੇਰੇ ਮੇਰੇ ਵਰਗਾ ਬੰਦਾ ਜਾਊਗਾ ਇੰਡੀਆ, ਆਪਣਾ ਕੀ ਪਲਾਨ ਬਣਦਾ, ਇੱਥੇ ਅਸੀਂ ਕੰਮ ਕਰ ਕਰ ਥੱਕੇ ਪਏ ਹਾਂ, ਕੁਛ ਘੁੰਮ ਫਿਰ ਰਹੇ ਹਾਂ, ਹੈ ਨਾ, ਆਪਾਂ ਫੈਮਿਲੀ, ਅਤੇ ਇਹ ਵੀ ਇੱਕ ਸਪਨਾ ਹੀ ਹੁੰਦਾ ਜਿਹੜੇ ਆਪਣੇ ਆਪਣੇ ਹੁੰਦੇ ਆ ਵੀ ਚੱਲ ਯਾਰ ਫੈਮਿਲੀ, ਹੁਣ ਸਾਡੇ ਕੋਲ 4 ਪੈਸੇ ਹੈਗੇ ਆ ਵੀ ਫੈਮਿਲੀ ਨੂੰ ਨਾਲ ਲੈ ਕੇ ਆਪਾਂ ਘੁੰਮੇ ਸਾਰਾ ਦਿਨ, ਤੂੰ ਲੈ ਕੇ ਨਿਕਲੇ ਆਪਦੀ ਫੈਮਿਲੀ ਨੂੰ, ਮੈਂ ਆਪਦੀ ਫੈਮਿਲੀ ਨੂੰ ਲੈ ਕੇ ਆਪਾਂ ਨਿਕਲ ਲਏ ਹਿਮਾਚਲ ਕੰਨੀ, ਆਪਣੇ ਨੇੜੇ ਪੈਂਦਾ ਵਾ, ਚੱਲ ਯਾਰ ਆਪਣਾ ਨੇਬਰ ਹੈਗਾ ਸਟੇਟ, ਇਹਦੇ ਜਾ ਆਉਂਦੇ ਹਾਂ, ਈਜ਼ੀ ਪੈ ਜੂਗੀ, ਥੋੜ੍ਹਾ ਬਜਟ ਦੇ ਵਿੱਚ ਆਜੂ, ਜਿਵੇਂ ਤੂੰ ਕਿਹਾ ਉੱਥੇ ਜਾਂਦੇ ਹਾਂ ਤਾਂ ਉੱਥੇ ਜਾ ਕੇ ਆਪਾਂ ਨੂੰ ਕੀ ਦੇਖਦਾ, ਤੇਰੇ ਬੱਚਿਆਂ ਸਾਹਮਣੇ, ਤੇਰੀ ਘਰ ਵਾਲੀ ਸਾਹਮਣੇ, ਜਾਂ ਤੇਰੀ ਘਰ ਵਾਲੀ ਨੂੰ ਵੀ ਅਟੈਕ ਕੀਤਾ ਜਾਵੇ, ਹੈ ਨਾ, ਬੱਚਿਆਂ ਨੂੰ ਅਟੈਕ ਕੀਤਾ ਜਾਵੇ ਤੇਰੇ 'ਤੇ, ਉਹ ਬੰਦੇ ਦੇ ਹਾਲਾਤ ਦੇਖਣ ਵਾਲੇ ਆ, ਉਹ 3 ਦਿਨ ਕੌਮਾਂ ਦੇ ਵਿੱਚ ਰਿਹਾ ਵਾ, ਉਹਦੀ ਬਾਂਹ ਤੋੜ ਦਿੱਤੀ ਗਈ ਆ, ਹੈ ਨਾ, ਤੇ ਇਹੋ ਜਿਹਾ ਉਹਨੇ ਕੀ ਗੁਨਾਹ ਕਰਤਾ ਹੋਊ ਯਾਰ, ਜਿਹੜਾ ਉਹਨੂੰ ਇੰਨੀ ਸਜ਼ਾ ਮਤਲਬ ਕੁੱਟਿਆ, ਉਹਨੂੰ ਮਾਰਿਆ, ਕੋਈ ਉਹਨੇ ਇਹੋ ਜਿਹਾ ਕੀ ਗੁਨਾਹ ਕਰਤਾ, ਕੋਈ ਕੋਈ ਗੁਨਾਹ ਨਹੀਂ ਬਾਈ, ਪਾਰਕਿੰਗ ਦਾ ਮਸਲਾ ਸੀ, ਕੀ ਗੁਨਾਹ ਹੋ ਗਿਆ ਇਹਦੇ ਵਿੱਚ, ਕਿਹੜਾ ਬਾਂਹ ਤੋੜਨ ਵਾਲੀ ਕਿਹੜੀ ਗੱਲ ਹੈ, ਕਿਹੜਾ ਵੱਟਦਾ ਰੌਲਾ ਸੀਗਾ, ਤੁਸੀਂ ਬੰਦੇ ਨੂੰ ਧੱਕਾ ਮੁੱਕ, ਜੇ ਹੋ ਵੀ ਗਈ ਧੱਕਾ ਮੁੱਕੀ ਕਰ ਲਓ ਯਾਰ, ਔਰ ਜੇ ਪਹਿਲਾ ਇੰਸੀਡੈਂਟ ਨਹੀਂ ਗਾ ਬਾਈ, ਇਹ ਬਹੁਤ ਹੋ ਗਿਆ, ਇੱਥੇ ਹੁਣ ਇਦੂ ਬਾਅਦ 'ਚ ਜੇ ਕਿਸੇ ਨੇ ਆਂਸਰ ਕਰਤਾ ਹਿਮਾਚਲੀਆਂ ਨੂੰ ਪੰਜਾਬ 'ਤੇ ਆਇਆਂ 'ਤੇ, ਉਹਨਾਂ ਦਾ ਨੰਬਰ ਦੇ ਕੇ, ਇੱਥੇ ਪੰਜਾਬੀਆਂ ਨੇ ਜਵਾਬ ਦੇਣਾ, ਬਟ ਪੂਰੇ ਇੰਡੀਆ ਦੇ ਨਿਊਜ਼ ਚੈਨਲਾਂ ਨੇ ਗੱਲ ਚੱਕ ਲੈਣੀ ਆ, ਇਹ ਗਲਤ ਆ, ਇਹ ਉਗਰਵਾਦੀ, ਇਹ ਫਲਾਨਾ, ਇਹ ਟਮਕਾਣਾ, ਜੋ ਕਹਿੰਦੇ ਆਉਂਦੇ ਆ। ਉਹਨੂੰ ਉਹਨੂੰ ਇੰਟਰਵਿਊ ਦੇ ਵਿੱਚ ਪੁੱਛਿਆ, ਮਤਲਬ ਪੁੱਛਿਆ ਗਿਆ ਕਿ ਵੀ ਉੱਥੇ ਤੂੰ ਕੋਈ ਨਾਂ ਸੁਣਿਆ ਜਾਂ ਕੰਗਣਾ ਦਾ, ਉਹਨੇ ਦੱਸਿਆ ਵੀ ਇਹ ਜਿਹੜੀ ਸਾਡੇ ਨਾਲ ਹੈਪਨਿੰਗ ਹੋਈ ਆ, ਹੈਪਨ ਹੋਇਆ ਸਾਡੇ ਨਾਲ, ਇਹ ਨਫ਼ਰਤ ਦੇ ਤਹਿਤ ਹੋਇਆ ਵਾ। ਅੱਛਾ, ਹੈ ਨਾ, ਅਤੇ ਨਫ਼ਰਤ ਦੇ ਤਹਿਤ ਕੀ ਚੱਲਦਾ ਪਿਆ, ਆ ਪਿੱਛੇ ਜੇ ਹੁਣ ਕੁੜੀ ਨੇ ਥੱਪੜ ਮਾਰਿਆ ਸੀ ਕੰਗਣਾ ਦੇ, ਹੈ ਨਾ, ਉਹਨਾਂ ਨੇ ਉਹ ਆਪਦੀ ਐਮ ਪੀ ਜਿਤਾਈ ਆ, ਵੋਟਾਂ ਪਾ ਕੇ ਉਹ ਜਿੱਤ ਗਈ, ਅਤੇ ਉਦੋਂ ਬਾਅਦ 'ਚ ਕੁੜੀ ਨੇ ਥੱਪੜ ਮਾਰਤਾ, ਠੀਕ ਹੈ, ਔਰ ਉਸ ਤੋਂ ਬਾਅਦ ਫਿਰ ਇਹ ਇੰਸੀਡੈਂਟ ਜ਼ਿਆਦਾ ਵੱਧ ਗਏ ਨੇ। ਠੀਕ ਹੈ, ਕੁੱਟੋ, ਨੋ ਪ੍ਰੋਬਲਮ, ਮੋਸਟ ਵੈਲਕਮ, ਹੈ ਨਾ, ਲੇਕਿਨ ਮੈਂ ਇਹਨਾਂ ਦੱਸ ਦਿੰਦਾ, ਪੰਜਾਬੀ ਹਜੇ ਵੀ ਹੱਥ ਨਹੀਂ ਪਾਊਗਾ, ਪੰਜਾਬੀ ਹਜੇ ਵੀ ਰਿਸਪੈਕਟ ਕਰੂਗਾ ਅਗਰ ਕੋਈ। ਮੈਂ ਆਪ ਸਭਕੋ ਟੈਕਸੀ ਆਪਰੇਟਰ ਭਾਈਓ ਕੋ, ਡਰਾਈਵਰੋਂ ਕੋ, ਇੱਕ ਬਾਤ ਬਤਾਨਾ ਚਾਹਤਾ ਹੂੰ, ਮੈਂ ਸਭਸੇ ਪਹਿਲੇ ਮੈਂ ਆਪਕੋ ਆਪਣੇ ਬਾਰੇ ਮੈਂ ਬਤਾ ਦੂੰ, ਮੇਰਾ ਨਾਮ ਹੈ ਅਨਿਲ ਠਾਕੁਰ, ਮੈਂ ਹਿਮਾਚਲ ਪ੍ਰਦੇਸ਼ ਕੇ ਡਿਸਟ੍ਰਿਕਟ ਕਾਂਗੜਾ ਕੇ ਖੁਣੀਏ ਤਹਿਸੀਲ ਕਾ ਰਹਿਣੇ ਵਾਲਾ ਹੂੰ। ਦੋਸਤੋ, ਕੁਛ ਦਿਨ ਪਹਿਲੇ ਆਪਕੀ ਗਾੜੀ ਕੇ ਆਗੇ ਕੀ ਸਾਈਡ ਹੈ, ਮੇਰੀ ਗਾੜੀ ਕਾ ਪਿੱਛੇ ਕਾ ਹਿੱਸਾ ਜੋ ਹੈ ਵੋ ਰਗੜਾ ਗਿਆ ਹੈ, ਤੋ ਦੇਖੀਏ ਗਲਤੀ ਕਿਸਕੀ, ਲੇਕਿਨ ਵੋ ਮੇਰੀ ਬਾਤ ਨਹੀਂ ਸੁਣ ਰਹੇ ਥੇ। ਇਸੀ ਬੀਚ ਮੈਂ ਵਹਾਂ ਸੇ ਬਿੱਲਾ ਭਾਈ, ਬਿੱਲਾ ਟੂਰ ਐਂਡ ਟਰੈਵਲ ਵਾਲੇ ਵਹਾਂ ਸੇ ਗੁਜ਼ਰ ਰਹੇ ਥੇ, ਉਨ੍ਹੋਂਨੇ ਦੇਖਾ ਕਿ ਟੈਕਸੀ ਨੰਬਰ ਗਾੜੀ ਹੈ, ਹਿਮਾਚਲ ਪ੍ਰਦੇਸ਼ ਕੀ ਗਾੜੀ ਹੈ, ਉਹ ਵਹਾਂ ਪੇ ਰੁਕੇ, ਆਪਣਾ ਬੁਲਟ ਉਹਨਾਂ ਸਾਈਡ ਮੇ ਖੜਾ ਕੀਆ, ਔਰ ਵਹਾਂ ਪੇ ਰੁਕੇ, ਉਹਨਾਂ ਮੁਝੇ ਪੁੱਛਾ ਕਿ ਕਿਆ ਹੁਆ, ਤੋ ਮੈਨੇ ਉਨਕੋ ਬਤਾਇਆ, ਭਾਈ ਸਾਹਿਬ ਦੇਖੋ ਐਸੇ ਐਸੇ ਬਾਤ ਹੋਈ ਹੈ, ਔਰ ਅਭੀ ਇਹ ਤੀਨੋਂ ਲੋਕ ਹਿਮਾਚਲੀ ਇੱਥੇ ਹੁੰਦਾ, ਹਿਮਾਚਲੀ ਕਿਹੜਾ ਪੰਜਾਬੀਆਂ ਦੀ ਹੈਬਿਟ ਨਹੀਂ ਬਾਈ, ਕਿਸੇ ਟੂਰਿਸਟ ਆਵੇ ਸਾਡੇ ਘਰ ਕੋਈ ਆਵੇ, ਸਾਡਾ ਘਰ ਪੰਜਾਬ, ਜਾਣ ਕੇ ਪੰਜਾਬ 'ਚ ਕੋਈ ਆਵੇ ਤੇ ਪੰਜਾਬੀ ਕੁੱਟਣ, ਹੋਈ ਨਹੀਂ ਸਕਦਾ, ਨਹੀਂ ਹੁੰਦਾ ਇਹ, ਇਹ ਬਹੁਤ ਸਾਰੀਆਂ ਫੈਮਿਲੀਜ਼ ਆਉਂਦੀਆਂ ਨੇ ਹਿਮਾਚਲ ਤੋਂ, ਬਹੁਤ ਸਾਰੇ ਸਟੂਡੈਂਟ ਆਉਂਦੇ ਨੇ, ਕੁੜੀਆਂ ਮੁੰਡੇ ਇੱਥੇ ਹੋਸਟਲ ਦੇ ਵਿੱਚ ਰਹਿੰਦੇ ਨੇ, ਪੀਜੀ ਵਿੱਚ ਰਹਿੰਦੇ ਨੇ, ਠੀਕ ਹੈ, ਟੈਕਸੀ ਡਰਾਈਵਰ, ਟਰੱਕ ਡਰਾਈਵਰ, ਸਾਰਾ ਹੀ ਉਵੇਂ ਚੱਲਦਾ ਜਿਵੇਂ ਪੰਜਾਬੀ ਉੱਥੇ ਜਾਂਦੇ ਨੇ, ਉਵੇਂ ਹਿਮਾਚਲ ਪੰਜਾਬ 'ਚ ਆਉਂਦਾ ਵਾ, ਸਹੀ ਹੈ, ਲੇਕਿਨ ਕੋਈ ਇਹੋ ਜਿਹੀ ਖਬਰ ਸੁਣੀ ਹੋਵੇ ਪੰਜਾਬ ਵੱਲੋਂ, ਅਸੀਂ ਤਾਂ ਆਪਾਂ ਤਾਂ ਕਦੇ ਸੁਣੀ ਨਹੀਂ ਹੈਗੀ, ਪੰਜਾਬੀ ਨਹੀਂ ਕਰਦਾ, ਅਤੇ ਹੁਣ ਰੀਸੈਂਟਲੀ ਇਹ ਨਫ਼ਰਤ ਜੀ ਵੱਧ ਹੀ ਤੁਰੀ ਜਾਂਦੀ ਹੈ, ਮੈਨੂੰ ਲੱਗਦਾ ਇਹ ਇੱਕ ਇਹ ਪਲਾਨਿੰਗ ਦੇ ਤਹਿਤ ਹੋ ਰਿਹਾ ਸਾਰੀ ਚੀਜ਼, ਔਰ ਇਹ ਇਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਗਵਰਨਮੈਂਟ ਨੂੰ, ਸਰਕਾਰਾਂ ਨੂੰ, ਸਾਨੂੰ ਮੇਨ ਕੰਮ ਹੈ ਇਸ ਟਾਈਮ ਉਹਦਾ ਵਾ, ਪਿਛਲੇ 2 ਸਾਲਾਂ 'ਚੋਂ ਆਪਣੀ ਪੰਜਾਬ ਗਵਰਨਮੈਂਟ ਕਿਉਂ ਨਹੀਂ ਬੋਲ ਰਹੀ, ਜਾਂ ਹਿਮਾਚਲ ਦੀ ਗਵਰਨਮੈਂਟ ਕਿਉਂ ਨਹੀਂ ਕੋਈ ਆਂਸਰ ਕਰ ਰਹੀ ਵੀ ਇਹ ਚਾਂਸ ਹੋ ਰਹੇ ਆ, ਹਿਮਾਚਲ ਦੀ ਨਹੀਂ ਬੋਲਣਾ ਕਿਉਂਕਿ ਉੱਥੇ ਕੰਗਣਾ ਆ ਚੁੱਕੀ ਹੈ, ਇਹਨਾਂ ਨੂੰ ਤਾਂ ਬੋਲਣਾ ਚਾਹੀਦਾ, ਇੱਧਰ ਵਾਲਿਆਂ ਨੂੰ ਕਮ ਸੇ ਕਮ ਸਟੈਂਡ ਲੈਣਾ ਚਾਹੀਦਾ, ਕੁਛ
ਇਹ ਚੀਜ਼ ਬੋਲਣੀ ਚਾਹੀਦੀ ਹੈ ਵੀ ਹਾਂ ਜਾਂ ਕੋਈ ਤਕੜੀ ਉਹਨਾਂ 'ਤੇ ਸਜ਼ਾ ਹੋਣੀ। ਮੈਂ ਤਾਂ ਸਿਰਫ ਪੰਜਾਬੀ ਨੂੰ ਇਹੀ ਕਹਿਣਾ ਚਾਹੁੰਦਾ ਵਾਂ, ਅਗਰ ਤੁਸੀਂ ਥੋੜ੍ਹਾ ਟਾਈਮ ਜਿਵੇਂ 1.5-2 ਸਾਲ ਤੱਕ ਹਿਮਾਚਲ ਵੱਲ ਨਾ ਮੂੰਹ ਕਰੋ, ਬੰਦ ਹੀ ਕਰ ਦਿਓ ਜਾਣਾ, ਬੰਦ ਕਰ ਦਿਓ ਜਾਣਾ ਅਤੇ ਸਿੱਧਾ ਜ਼ੀਰੋ ਕਰ ਦਿਓ। ਕੋਈ ਗੱਡਾ ਨਹੀਂ ਖੜ੍ਹਾ, ਕੋਈ ਵਧੀਆ ਜਗ੍ਹਾ ਨਹੀਂ ਹੈਗੀ ਇੱਡੀ ਜ਼ਿਆਦਾ ਖਾਸ, ਇੱਜ਼ਤ ਉੱਤੇ ਤਾਂ ਕੋਈ ਜਗ੍ਹਾ ਹੁੰਦੀ ਨਹੀਂ ਹੈ ਨਾ, ਇੱਜ਼ਤ ਉੱਤੇ ਕੋਈ ਮਤਲਬ ਕੋਈ ਚੀਜ਼ ਹੁੰਦੀ ਵੀ ਨਹੀਂ। ਨਾਲੇ ਗੁੱਸਾ ਬਾਈ ਭਰੀ ਜਾਣਾ, ਉਹਨਾਂ ਨੇ ਹਰਕਤਾਂ ਕਰੀ ਜਾਣੀਆਂ। ਪੰਜਾਬੀ ਆਪਣਾ ਇਹੋ ਜਿਹਾ ਹੈ ਨਹੀਂ ਗਾ ਜਾਂ ਸਾਡੇ ਵੀ ਮਨ 'ਚ ਗੁੱਸਾ ਆਇਆ, ਇਹ ਨਹੀਂ ਆਇਆ ਵੀ ਹਿਮਾਚਲੀ ਆਉਣ ਤਾਂ ਆਪਾਂ ਉਹਨਾਂ ਨੂੰ ਕੁੱਟੀਏ, ਇਹੋ ਜਿਹੀ ਕੋਈ ਗੱਲ ਨਹੀਂ, ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ, 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਮਾੜਿਆਂ ਕਰਕੇ ਕਿਸੇ ਆਪਾਂ ਚੰਗੇ ਦਾ ਨੁਕਸਾਨ ਕਰ ਦਈਏ। ਬੈਟਰ ਆ ਹਿਮਾਚਲ ਵੱਲ ਨੂੰ ਮੂੰਹ ਹੀ ਬੰਦ ਕਰ ਦਿਉ, ਕਿਤੇ ਇੰਨੀ ਕੁਛ ਨਹੀਂ ਆ ਕਿ ਕੋਈ ਵੱਡੀ ਗੱਲ ਨਹੀਂ, ਹਿਮਾਚਲ ਬਹੁਤ ਸੋਹਣਾ ਇੰਡੀਆ। ਹਾਂ ਜੇ ਜੇ ਹਿਮਾਚਲ ਵਾਲਿਆਂ ਦੇ ਜੋ ਜੋ ਉੱਥੇ ਨਫ਼ਰਤ ਫੈਲਾ ਰਹੇ ਨੇ ਜਾਂ ਫਿਰ ਸਿੱਧਾ ਬੋਲ ਕੇ ਆਉਣ, ਜਾਂ ਤਾਂ ਐਕਸ਼ਨ ਲੈ ਲੈਣ ਉੱਥੇ, ਤੁਸੀਂ ਰੈਗੂਲਰ ਹੋ, ਜਾਂ ਸਿੱਧਾ ਬੋਲ ਕੇ ਆਉਣ ਜਾਂ ਓਪਨ ਅਪ ਹੋ ਜਾਣ ਵੀ ਅਸੀਂ ਆਹ ਚੀਜ਼ ਅਸੀਂ ਆਹ ਚਾਹੁੰਦੇ ਹਾਂ ਵੀ ਤੁਸੀਂ ਨਾ ਆਉਣੀ ਤਾਂ ਅਸੀਂ ਕੁੱਟਾਂਗੇ, ਉਹ ਫਿਰ ਅਸੀਂ ਜਾਣੀ ਸਾਡਾ ਕੰਮ ਜਾਣੇ ਹੈ ਨਾ, ਫਿਰ ਬਾਰਡਰ ਤੇ ਬਹਿ ਜਾਓ। ਹਾਂ ਫਿਰ ਕਿੱਧਰ ਨੂੰ ਕੀ ਉਹ ਅਸੀਂ ਮਤਲਬ ਪੰਜਾਬ ਏਦਾਂ ਤਾਂ ਹੈ, ਇੰਨੇ ਤਾਂ ਅਸੀਂ ਪੜ੍ਹੇ ਲਿਖੇ ਹੈਗੇ ਹਾਂ ਕਿ ਜੀ ਆਪਾਂ ਕਹਿੰਦੇ ਹਾਂ ਤੇ ਜੀ ਕਹਾਉਣੇ ਕਹਾਉਣੇ ਹੈ ਨਾ, ਅਤੇ ਨਫ਼ਰਤ ਵੀ ਉਨੀ ਹੈ ਫਿਰ ਅਗਰ ਮੂਹਰੇ ਅਗਲਾ ਆਉਂਦਾ ਨਾ ਚੜ੍ਹ ਕੇ ਤਾਂ ਉਹਨੂੰ ਲਾਉਣਾ ਵੀ ਚੰਗੀ ਤਰ੍ਹਾਂ ਆਉਂਦਾ, ਕਿਉਂਕਿ ਦਿਲ 'ਚੋਂ ਤਾਂ ਗੱਲ ਨਿਕਲਦੀ ਨਹੀਂ, ਉਹ ਕੰਗਣ ਵਾਲੇ ਤੋਂ ਵੀ ਪਤਾ ਲੱਗ ਗਿਆ ਹੋਣਾ, ਚਪੇੜਾਂ ਫਿਰ ਤਾਂ ਫਿਰ ਏਅਰਪੋਰਟ 'ਤੇ ਹੀ ਪੈ ਜਾਂਦੀਆਂ। ਹਾਂ ਦੇਖਿਆ ਉਹ ਗੱਲ ਪਤਾ ਨਹੀਂ ਵਿੱਚੋਂ ਕੀ ਹੋਣੀ, ਉਹਨੇ ਪੁਰਾਣਾ ਗੁੱਸਾ ਫਿਰ ਉਹ ਤਾਂ ਜਾਇਜ਼ ਬਣਦਾ, ਪੰਜਾਬੀ ਨਹੀਂ ਕੱਢਦਾ ਦਿਲ 'ਚੋਂ, ਇਹ ਕੰਗਣਾ ਵੀ ਹੁਣ ਦਿਮਾਗ 'ਚ ਰੱਖੂਗੀ। ਅਤੇ ਹੁਣ ਆਹ ਚੀਜ਼ ਆ, ਪੰਜਾਬੀਆਂ ਨੂੰ ਸਖ਼ਤ ਹਦਾਇਤ ਆ ਯਾਰ, ਤੁਹਾਡਾ ਕੋਈ ਗੱਡਾ ਨਹੀਂ ਖੜਾ ਗਾ, ਤੁਸੀਂ ਵੀ ਮੂੰਹ ਚੱਕ ਕੇ ਉੱਧਰ ਨੂੰ, ਤੁਹਾਨੂੰ ਹਿਮਾਚਲੀ ਦਿੰਦਾ, ਤੁਹਾਨੂੰ ਸ਼ਿਮਲਾ ਯਾਰ ਛੱਡੋ ਜਾਣਾ, ਤੁਸੀਂ ਲਦਾਖ ਚਲੇ ਆਓ, ਤੁਸੀਂ ਕੇਰਲਾ, ਕੇਰਲਾ ਬਹੁਤ ਵਧੀਆ, ਬਹੁਤ ਸੋਹਣਾ ਸਾਊਥ ਆ, ਤੁਸੀਂ ਬੋਂਬੇ ਘੁੰਮੋ, ਕਿਤੇ ਹੋਰ ਚਲੇ ਜਾਓ ਯਾਰ, ਤੁਸੀਂ ਕਿਸੇ ਦੂਜੀ ਕੰਟਰੀ ਚਲੇ ਜਾਓ, ਤੁਸੀਂ ਇੱਧਰ ਨੂੰ ਛਿੱਤਰ ਖਾਣ ਜ਼ਰੂਰੀ ਜਾਣਾ, ਇੱਕ ਤਾਂ ਪੈਸੇ ਦਿੰਦੇ ਆ ਉੱਪਰ ਦੀ ਛਿੱਤਰ ਖਾਨੇ ਜਾ ਕੇ, ਬਿਲਕੁਲ ਹੈ ਨਾ, ਅਤੇ ਉਹ ਵੀ ਆਉਂਦੇ ਭੇਡਾਂ ਵਾਂਗੂ ਝੁੰਡ ਦੇ ਵਿੱਚ, ਔਰ ਜਦੋਂ ਆਪਾਂ ਕਿਸੇ ਬਗਾਨੀ ਜਗ੍ਹਾ 'ਤੇ ਆਪਾਂ ਗਏ ਹੋਈਏ ਨਾ, ਉੱਥੇ ਆਪਾਂ ਥੋੜ੍ਹਾ ਜਿਹਾ ਹੱਥ ਵੀ ਘੁੱਟਦੇ ਹਾਂ ਕਿ ਨਾਲ ਫੈਮਿਲੀ ਆ ਯਾਰ, ਬੱਚੇ ਆ, ਇਸ ਕਰਕੇ। ਔਰ ਇੰਡੀਆ ਦੇ ਵਿੱਚ ਰੋਡ ਰੇਜ, ਮਿਸਬਿਹੇਵਿੰਗ, ਤਫਾਕ, ਪਿਆਰ, ਮੈਂ ਕਹਿੰਦਾ ਖਤਮ ਹੀ ਆ ਚੀਜ਼ਾਂ। ਤੁਸੀਂ ਤੁਹਾਡਾ ਬੰਪਰ ਕੋਈ ਗੱਡੀ ਨੂੰ ਲੱਗ ਗਿਆ ਜਾਂ ਕੁਛ ਗੱਲ ਹੋ ਗਈ ਤਾਂ ਸਮਝ ਲਓ ਤੁਹਾਡੀ ਲੜਾਈ ਪੱਕੀ ਪੱਕੀ ਆ। ਇੱਥੇ ਗੱਡੀਆਂ ਬਾਹਰਲੀ ਕੰਟਰੀਆਂ 'ਚ ਗੱਡੀਆਂ ਲੱਗਦੀਆਂ ਨੇ, ਬੰਦੇ ਉਤਰਦੇ ਨੇ ਬਾਹਰ, ਪੁਲਿਸ ਨੂੰ ਕਾਲ ਕਰਦੇ ਨੇ, ਉੱਥੇ ਸੌਰਟ ਆਊਟ ਹੋ ਜਾਂਦਾ ਵਾ, ਫਾਈਨ ਜਿਹਦਾ ਬਣਦਾ ਉਹਨੂੰ ਆਟੋਮੈਟਿਕ ਫੋਨਾਂ 'ਤੇ ਆ ਜਾਂਦਾ ਵਾ, ਸਹੀ ਆ। ਉੱਥੇ ਤਾਂ ਨਿਬੇੜਾ ਹੀ ਛਿੱਤਰ ਕਰਾਉਂਦੇ ਨੇ, ਤਕੜਾ ਬੰਦਾ ਛਿੱਤਰ ਮਾਰਦਾ ਵਾ, ਮਾੜਾ ਖਾਂਦਾ ਵਾ, ਕਈ ਵਾਰ ਮਾੜਾ ਵੀ ਮੂਹਰੋਂ ਤੱਤਾ ਨਿਕਲ ਆਉਂਦਾ ਹੈ ਨਾ, ਇਸ ਕਰਕੇ ਸਿਰ ਪਾੜਦੇ ਨੇ। ਇਹ ਆਪਣੀ ਭਲਵਾਨਸੀ ਵਾਲੀ ਗੱਲ ਆ ਕਿ ਆਪਾਂ ਇਹਨਾਂ ਦਾ ਖਹਿੜਾ ਛੱਡੋ, ਮੁੱਖ ਦੀ ਗੱਲ ਬਾਈ ਇਹੀ ਆ। ਆ ਹਿਮਾਚਲ ਸ਼ਿਮਲਾ ਜਿਹੜੇ 2-4 ਹੈਗੇ ਆ, ਇੱਥੇ ਜਾਣਾ ਕਰੋ ਬੰਦ, ਬਹੁਤ ਸੋਹਣਾ ਇੰਡੀਆ ਵਾ, ਕਿਤੇ ਹੋਰ ਘੁੰਮੇ ਆਓ, 4 ਪੈਸੇ ਵੱਧ ਲੱਗ ਜਾਣਗੇ, ਬਟ ਆਪਦੀ ਅਤੇ ਆਪਦੀ ਫੈਮਿਲੀ ਦੀ ਸੇਫਟੀ ਆ, ਨਾਲੇ ਗੰਦ ਤੋਂ ਬਚਾਂਗੇ, ਲੜਨ ਘੜਨ ਤੋਂ ਹੈ ਨਾ। ਸਭ ਤੋਂ ਹੁਣ ਥੋੜ੍ਹੀ ਪੰਜਾਬ ਨੂੰ ਤਾਂ ਯਾਰ ਪਤਾ ਨਹੀਂ, ਹਰ ਇੱਕ ਕੋਈ ਆਉਂਦਾ ਓਪਨ ਵਾਹਵਾਂ ਨਾਲ, ਪੰਜਾਬ ਉਹਦਾ ਸਵਾਗਤ ਕਰਦਾ। ਅਤੇ ਅਗਰ ਪੰਜਾਬੀ ਕਿਤੇ ਜਾਵੇ ਉਹਦੇ ਨਾਲ ਬੜੀਆਂ ਚੀਜ਼ਾਂ ਹੁੰਦੀਆਂ ਸੁਣਦੇ ਹਾਂ, ਇੱਥੇ ਕੋਈ ਵੀ ਮੂੰਹ ਚੱਕ ਕੇ ਅੰਦਰ ਵੜਦਾ ਵਾ ਹੈ ਨਾ, ਸਾਰਿਆਂ ਦਾ ਮੋਸਟ ਵੈਲਕਮ ਆ, ਕਦੇ ਕੋਈ ਐਸੀ ਵਾਰਦਾਤ, ਕੋਈ ਰੇਸਿਜ਼ਮ ਜਾਂ ਕੋਈ ਨਫ਼ਰਤ ਵਾਲੀ ਗੱਲ ਹੋਈ ਨਹੀਂ ਬਾਈ। ਆਪਣੇ ਤਾਂ ਲੰਗਰ ਲੱਗਦੇ ਆਉਂਦਾ ਕੋਈ ਅਗਲੇ ਨੂੰ ਸ਼ਿਕਾਈ ਦਾ, ਹਾਂ ਹੈ ਕਿ ਨਹੀਂ। ਅਤੇ ਆਹ ਚੀਜ਼ਾਂ ਸਮਝਦੇ ਨਹੀਂ, ਪਤਾ ਨਹੀਂ ਜਾਂ ਤਾਂ ਇਹਨੂੰ ਡੀਗ੍ਰੇਡ ਕੀਤਾ ਜਾ ਰਿਹਾ ਪੰਜਾਬ ਨੂੰ ਕਿ ਜਿੰਨਾ ਵੀ ਸਾਲਾ ਗੰਦ ਪਹਿਲਾਂ ਇੱਧਰ ਭਰੋ, ਸਾਰੀ ਚੀਜ਼ ਸੈੱਟ ਕਰਕੇ ਰੱਖੋ ਬਾਅਦ ਵਿੱਚ, ਹੈ ਨਾ। ਪੰਜਾਬੀ ਤਾਂ ਚਲੋ ਕੈਨੇਡਾ ਜਾ ਹੀ ਰਹੇ ਨੇ,
ਲੇਕਿਨ ਇਹ ਗੱਲ ਆ, ਪੰਜਾਬੀ ਵਾਪਸ ਮੁੜੂਗਾ ਕੈਨੇਡਾ ਤੋਂ, ਮੁੜ ਰਿਹਾ ਬਹੁਤ ਮੁੜ ਵੀ ਕੈਨੇਡਾ ਤੋਂ ਆਸਟ੍ਰੇਲੀਆ ਤੋਂ, ਈਵਨ ਸਾਡੇ ਵਰਗੇ ਵੀ ਹਨਾ, ਲੇਕਿਨ ਅਗਰ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਗਈਆਂ ਫਿਰ ਨਹੀਂ ਆਊਗਾ, ਫਿਰ ਬੰਦਾ ਡਰੂਗਾ ਯਾਰ, ਆਸਟ੍ਰੇਲੀਆ ਨੇ ਬੰਦਾ ਨਹੀਂ ਛੱਡਿਆ, ਤੁਸੀਂ ਉਹਦੀ ਸਪੈਨਿਸ਼ ਘਰ ਵਾਲੀ ਆ, ਉਹ ਆਪ ਖੁਦ ਸਪੈਨਿਸ਼ ਆ ਬੰਦਾ, ਉੱਥੇ ਵਸਨੀਕ ਆ ਉੱਥੋਂ ਦਾ, ਕੀ ਬੰਦਾ ਉੱਥੇ ਐਗਜ਼ਾਮਪਲ ਲੈ ਕੇ ਜਾਊਗਾ ਹਨਾ। ਅਤੇ ਇਹੋ ਜਿਹੀ ਚੀਜ਼ਾਂ ਨੂੰ ਸੋਚ ਕੇ ਜਦੋਂ ਹੀ ਆ ਇਨਫੋਰਮੇਸ਼ਨ ਸੁਣੀ, ਅਸੀਂ ਪਹਿਲਾਂ ਇਹੀ ਡਿਸਕਸ ਕੀਤੀ ਯਾਰ ਆਪਾਂ ਉੱਥੇ ਟੋਲਰੇਟ ਕਰ ਲਾਂਗੇ ਚੀਜ਼ਾਂ, ਮਤਲਬ ਇਹ ਚੀਜ਼ਾਂ ਅਗਰ ਆਪਣੇ ਨਾਲ ਹੋ ਗਈਆਂ ਅਤੇ ਇਹਦਾ ਕੀ ਨਤੀਜਾ ਨਿਕਲੂਗਾ। ਜਦੋਂ ਇੰਡੀਆ ਰਹਿੰਦੇ ਸੀ ਉਦੋਂ ਦਾ ਮਾਇੰਡ ਜਾਂ ਗੁੱਸਾ ਤੇ ਹੁਣ ਦਾ ਗੁੱਸਾ ਜਾਂ ਮਾਇੰਡ ਬਿਲਕੁਲ ਚੇਂਜ ਹੋ ਚੁੱਕਿਆ। ਗੁੱਸਾ ਤਾਂ ਹੈ ਹੀ ਨੀਗਾ ਹੁਣ, ਤਾਂ ਲੜਨ ਵਾਲਾ ਕੰਮ ਤਾਂ ਹੈ ਹੀ ਨੀ ਸਾਡੇ ਦੇ ਵਿੱਚ, ਖਤਮ ਹੋ ਗਿਆ, ਕੰਟਰੀ ਦੇ ਵਿੱਚ ਆ ਕੇ ਸ਼ਾਂਤ ਹੋ ਗਏ ਆ ਬਿਲਕੁਲ। ਔਰ ਮੈਂ ਤਾਂ ਹਰੇ ਕਹਿੰਦਾ ਵੀ ਇੱਕ ਇੱਕ ਜਿਹੜਾ ਵੀ ਇੰਡੀਆ 'ਚ ਰਹਿ ਰਿਹਾ ਨਾ ਉਹਨੂੰ ਇੱਕ ਵਾਰੀ ਆਊਟ ਆਫ ਕੰਟਰੀ 2-4 ਸਾਲ ਲਾ ਲੈਣੇ ਚਾਹੀਦੇ ਆ, ਰੂਲਸ ਐਂਡ ਰੈਗੂਲੇਸ਼ਨ ਪਤਾ ਲੱਗ ਜਾਂਦੇ ਨੇ, ਪਤਾ ਲੱਗ ਜਾਂਦਾ ਰੋਡਾਂ 'ਤੇ ਕਿਵੇਂ ਚੱਲਣਾ, ਕਿਵੇਂ ਲੋਕਾਂ ਨੂੰ ਇੱਕ ਦੂਜੇ ਨੂੰ ਬੁਲਾਉਣਾ ਵਾ। ਇੱਥੇ ਤਾਂ ਨਿੱਕੇ ਨਿੱਕੇ ਜਵਾਕ ਮਤਲਬ ਹਰ ਇੱਕ ਹੀ ਬੌਸ ਬਣਿਆ ਹੋਇਆ, ਕੀ ਕਹੀਏ ਹੁਣ ਸਾਰਿਆਂ ਨੂੰ, ਆਪਾਂ ਦੇਖਦੇ ਹਾਂ ਸਾਰਾ ਕੁਛ ਸਾਹਮਣੇ ਆਉਂਦਾ ਹੀ ਆ। ਅਤੇ ਸਭ ਤੋਂ ਮੁੱਖ ਦੀ ਗੱਲ ਇਹ ਆ ਸਲੀਮ, ਜਾਣਾ ਬੰਦ ਕਰੋ ਯਾਰ, ਜਾਣਾ ਬੰਦ ਕਰੋ, ਚਿੱਤਰਖਾਣੇ ਬੰਦ ਕਰੋ, ਠੀਕ ਆ। ਗੌਰਮੈਂਟ ਤਾਂ ਕੋਈ ਐਕਸ਼ਨ ਲੈ ਨਹੀਂ ਰਹੀ, ਆਪਾਂ ਹੀ ਲੈ ਲਓ, ਗੌਰਮੈਂਟ ਤਾਂ ਛੱਡ ਦਿਓ, ਉਹਨਾਂ ਦਾ ਵੋਟਾਂ ਦਾ ਹਿਸਾਬ ਕਿਤਾਬ ਹੁੰਦਾ ਯਾਰ, ਜਿੱਦਣ ਨੂੰ ਪਲੜਾ ਭਾਰੀ ਉੱਧਰ ਨੂੰ ਫਿਰ ਉਹ ਤੁਰ ਪੈਂਦੇ ਤੁਰ ਪੈਂਦੇ ਹਨਾ। ਦੇਖ ਤੁਹਾਡੇ ਸਾਹਮਣੇ ਹੀ ਆ, ਕਿੱਡੇ ਕਿੱਡੇ ਵਾਅਦੇ ਕਰਕੇ ਗੌਰਮੈਂਟਾਂ ਬਣਦੀਆਂ ਨੇ, ਕੋਈ ਕੋਈ ਪੂਰ ਨਹੀਂ ਕਰਦਾ, ਕੋਈ ਉਹਨੂੰ ਸਫਲ ਨਹੀਂ ਕਰਦਾ, ਸਾਰਿਆਂ ਨੂੰ ਜਦੋਂ ਹੱਥ ਪੈ ਕੇ ਆਉਂਦਾ ਵਾ ਹਿੱਸੇ ਆਉਣ ਲੱਗ ਜਾਂਦੇ ਆ, ਸਾਰੇ ਖਾਮੋਸ਼, ਠੀਕ ਹੈ ਨਾ। ਵੋਟਾਂ ਤੋਂ 6 ਮਹੀਨੇ ਪਹਿਲਾਂ ਬੜੇ ਬੜੇ ਮੁੱਦੇ ਵੀ ਆਉਂਦੇ ਆ, ਬੜੇ ਬੜੇ ਉਹ ਕ੍ਰਿਮੀਨਲ ਵੀ ਫੜਾਂਗੇ ਅਸੀਂ, ਉਹ ਕਰਾਂਗੇ ਅਸੀਂ, ਠੱਲ ਪਾਵਾਂਗੇ, ਹੈ ਨਾ, ਕੁਛ ਨਹੀਂ ਹੁੰਦਾ, ਸਾਰਾ ਸੇਮ ਹੀ ਰਹਿੰਦਾ, ਸਾਰੀ ਚੀਜ਼ ਸੇਮ, ਆਪਦੀ ਸੇਫਟੀ ਆਪਦੇ ਹੱਥ, ਜਾਣਾ ਬੰਦ ਕਰੋ। ਨਾਲੇ ਪੰਜਾਬੀ 'ਚ ਕਹਿੰਦੇ ਫਿਰ ਬੋਲੇ ਹਿਮਾਚਲ ਦੀ ਵੀ ਪੜ੍ਹਾਇ, ਕਹਿੰਦੇ ਆ ਨਾ ਜਦੋਂ ਉਹਨਾਂ ਟੂਰਿਸਟ ਹੀ ਬੰਦ ਹੋ ਗਿਆ, ਸਾਨੂੰ ਵੱਧ ਤਾਂ ਪੰਜਾਬੀ ਜਾਂਦਾ ਉੱਥੇ, ਉਹ ਬੰਦ ਕਰੋ ਯਾਰ, ਆਪਣੇ ਆਪ ਖਰਚਾ ਪਾਣੀ ਬੰਦ ਹੁੰਦਾ, ਅਗਲੇ ਦੀ ਇਨਕਮ ਬੰਦ ਹੁੰਦੀ ਆ, ਆਪੇ ਬੁਲਾਉਣਗੇ ਤੁਹਾਨੂੰ ਤਾਂ ਘਰੋਂ ਫੜ ਫੜ ਲੈ ਕੇ ਜਾਣਗੇ ਵੀ ਆਓ ਸਾਡੇ ਵੱਲ, ਤੁਹਾਡੀ ਸੇਫਟੀ ਵੀ ਕਰਾਂਗੇ, ਤੁਹਾਨੂੰ ਘੁਮਾਵਾਂਗੇ ਵੀ, 2 ਸਾਲ ਬੰਦ ਤਾਂ ਕਰੋ ਜਾਣਾ ਉੱਧਰ ਨੂੰ, ਠੀਕ ਆ, ਨਹੀਂ ਤਾਂ ਫਿਰ ਆਪਣੀ ਕਿਰਪਾਨ ਰੜੀ ਆ। ਅਤੇ ਇਹਦੇ ਨਾਲ ਹੀ ਆਪਾਂ ਹੁਣ ਬਸ ਆਹ ਮੁੱਦੇ 'ਤੇ ਇੰਨੀ ਕੁ ਗੱਲ ਕਰਨੀ ਸੀਗੀ, ਅਤੇ ਜ਼ਰੂਰੀ ਸੀਗਾ ਇਹ ਮੁੱਦੇ 'ਤੇ ਬੋਲਣਾ, ਹਰ ਇੱਕ ਪੰਜਾਬੀ ਨੂੰ ਬੋਲਣਾ ਚਾਹੀਦਾ, ਆਪਦਾ ਦਾ ਪੱਖ ਰੱਖਣਾ ਚਾਹੀਦਾ ਹੈ ਨਾ, ਮੂਹਰੇ ਆ ਕੇ, ਤਾਂ ਜੋ ਅੱਗੇ ਉੱਪਰ ਤੱਕ ਗੱਲ ਜਾਵੇ, ਇੰਡੀਅਨ ਗਵਰਨਮੈਂਟ ਤੱਕ ਗੱਲ ਪਹੁੰਚੇ, ਹਾਂ ਵੀ ਇਹ ਚੀਜ਼ ਵੀ ਹੋ ਰਹੀ ਆ, ਨਫ਼ਰਤ ਈਜ਼ੀਲੀ ਥੱਪੜਾ ਮਾਰਿਆ, ਅੱਤਵਾਦੀ ਡਿਕਲੇਅਰ ਕਰਤੀ ਕੁੜੀ, ਹੈਂ ਉਹਦਾ ਦੂਏ ਦਿਨ ਕੰਗਣਾ ਦਰਨ ਉਹਦਾ ਬਿਆਨ ਆਉਂਦਾ ਕਿ ਉਗਰਵਾਦੀ ਅੱਤਵਾਦੀ ਜ਼ਿਆਦਾ ਫੈਲ ਰਿਹਾ ਪੰਜਾਬ 'ਚ, ਠੀਕ ਹੈ ਜੀ, ਓਕੇ, ਇੱਕ ਥੱਪੜ ਨਾਲ ਉਹਨਾਂ ਨੇ ਫੈਮਿਲੀ ਕੁੱਟੀ, ਸੋਰੀ, ਉਹਨਾਂ ਨੇ ਫੈਮਿਲੀ ਕੁੱਟੀ, ਦੜਾ ਦੜ ਮੁੰਡਾ ਕਿੰਨਾ ਉਹਨਾਂ ਨੇ ਮਤਲਬ ਮਰਨ ਯੋਗ ਕਰਤਾ ਉਹ, ਹੈ ਨਾ, ਉਹਦੀ ਘਰਵਾਲੀ ਵੀ ਨਹੀਂ ਛੱਡੀ, ਉਹਦਾ ਉਹਦਾ ਭਰਾ ਸੀ ਨਾਲ, ਉਹ ਨਹੀਂ ਛੱਡਿਆ, ਅਤੇ ਉਹਨੂੰ ਅਸੀਂ ਕੀ ਸਮਝੀਏ ਫਿਰ, ਸਹੀ ਆ, ਹੈ ਨਾ, ਉਹਨੂੰ ਕੀ ਸਮਝੀਏ। ਤਾਂ ਇਹਦੇ ਵੀ ਇਹੋ ਜਿਹੇ ਕੁਛ ਆਨਸਰ ਆਪਾਂ ਨੂੰ ਕੁਸ਼ਚਨ ਰੇਜ਼ ਕਰਨੇ ਚਾਹੀਦੇ ਆ, ਪੁੱਛਣੇ ਚਾਹੀਦੇ ਆ ਵੀ ਹਾਂ ਭਾਈ ਸਾਨੂੰ ਜਵਾਬ ਦਿਓ, ਪੰਜਾਬੀ ਕਰੇ ਤਾਂ ਮਤਲਬ ਉਹ ਚੀਜ਼, ਤੁਸੀਂ ਕਰੋ ਤਾਂ ਫਿਰ ਸਾਰਾ ਕੁਛ ਓਕੇ ਆ, ਹੈ ਨਾ। ਚਲੋ ਜੀ, ਇਹਦੇ ਨਾਲ ਅਸੀਂ ਪੋਡਕਾਸਟ ਆਪਣਾ ਪੋਡਕਾਸਟ ਬੰਦ, ਇਹ ਸਾਡੇ ਦਿਲ ਦੀ ਗੱਲ ਸੀ, ਅਤੇ ਸਾਰੇ ਜਾਣੇ ਆਪਦੀ ਦਿਲ ਦੀ ਗੱਲ ਰੱਖੋ, ਗੱਲ ਅੱਗੇ ਤੱਕ ਪਹੁੰਚੂਗੀ। ਤਾਂ ਫਿਰ ਇਹਦੇ ਨਾਲ ਹੀ ਸਮਾਪਤ ਕਰਦੇ ਹਾਂ, ਬਾਏ ਬਾਏ, ਬਾਏ ਬਾਏ ਜੀ। ਔਰ ਇਹ ਪੋਡਕਾਸਟ ਆਪਾਂ ਅਪਲੋਡ ਕਰ ਦਾਂਗੇ ਆਪਣੇ ਡੂਬਰੋ ਚੈਨਲ 'ਤੇ, ਜਾ ਕੇ ਉਹਨੂੰ ਸਬਸਕ੍ਰਾਈਬ ਕਰ ਦਿਓ, ਅਗਰ ਵਧੀਆ ਲੱਗੀਆਂ ਗੱਲਾਂ ਤਾਂ ਜ਼ਰੂਰ ਸ਼ੇਅਰ ਕਰ ਦਿਓ, ਠੀਕ ਹੈ, ਥੋੜ੍ਹਾ ਪਿਆਰ ਦਿਖਾ ਦਿਓ। ਥੈਂਕ ਯੂ ਸੋ ਮਚ, ਓਕੇ।